ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਖਬਰਾਂ ਤੇ ਅਮਰੀਕਾ ਨੇ ਭਾਰਤੀਆਂ ਵਿੱਚ ਸਭ ਤੋਂ ਵੱਧ ਪ੍ਰਸਿੱਧ H1B L1 ਅਤੇ EB5 ਵਰਗੇ ਗੈਰ ਪ੍ਰਵਾਸੀ ਵੀਜ਼ਾ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਫੀਸਾਂ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ 2016 ਤੋਂ ਬਾਅਦ ਪਹਿਲੀ ਵਾਰ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ 1 ਅਪ੍ਰੈਲ ਤੋਂ ਲਾਗੂ ਹੋਵੇਗਾ H1B वीज़ा गैर प्रवासी वीज़ा है जो अमरीकी कंपनियों नूं विशेष कित्यां विच विदेशी कामियां नूं नियुक्त करन दी इजाजत दिंदा है। अमरीकी सरकार ने 1990 विच EB5 प्रोग्राम शुरू कीता सी जो विदेशी निवेशकां नूं अमरीकी कारोबार विच घट्टो घट 5 लाख डॉलर का निवेश करके अपने अते अपने परिवारां लई अमरीकी वीज़ा प्राप्त करन दे योग बणाउंदा है। EB5 प्रोग्राम 10 अमरीकी कामियां नूं नौकरियां प्रदान करन विच मदद करदा है। H1B एप्लीकेशन वीज़ा फीस 460 तो वधा के $780 कर दिती गई है। अगले साल तो H1B रजिस्ट्रेशन फीस $10 तो वधा के $215 तक वध कर दिती जाएगी। L1 वीज़ा लई फीस 460 तो $1385 अते EB5 वीज़ा जो निवेशक वीज़ा वजो मशहूर है दी फीस 3675 तो $11160 हो जाएगी। अमरीका दे साबका राष्ट्रपति डोनाल्ड ट्रंप नू नोबल शांति पुरस्कार लई नामजद कीता गया है। ਉਹਨਾਂ ਨੂੰ ਰਿਪਬਲਿਕਨ MP ਕਲਾਉਡੀਆ ਟੈਨੀ ਵੱਲੋਂ ਅਬਰਾਹਮ ਸਮਝੌਤੇ ਮੱਧ ਪੂਰਬ ਵਿੱਚ ਸ਼ਾਂਤੀ ਲਈ ਇੱਕ ਨੀਤੀ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਚੌਥੀ ਵਾਰ ਹੈ ਜਦੋਂ ਟਰੰਪ ਦਾ ਨਾਮ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਟੈਨੀ ਨੇ ਅੱਜ ਆਪਣੀ ਅਧਿਕਾਰਿਤ ਵੈਬਸਾਈਟ ਤੇ ਕਿਹਾ, ਟਰੰਪ ਦਾ ਧੰਨਵਾਦ, 30 ਸਾਲਾਂ ਬਾਅਦ ਮੱਧ ਪੂਰਬ 'ਚ ਸ਼ਾਂਤੀ ਸਥਾਪਿਤ ਕਰਨ ਲਈ ਸਮਝੌਤਾ ਹੋਇਆ। ਕਈ ਦਹਾਕਿਆਂ ਤੋਂ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਧਿਕਾਰੀ ਕਹਿੰਦੇ ਰਹੇ ਨੇ ਕਿ ਇਜ਼ਰਾਈਲ ਫਲਸਤੀਨ ਮੁੱਦੇ ਦੇ ਹੱਲ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ, ਪਰ ਟਰੰਪ ਨੇ ਇਹ ਕੀਤਾ ਹੈ। ਰਿਪਬਲਿਕਨ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਜੋ ਬਾਈਡਨ ਅਮਰੀਕਾ ਲਈ ਕਮਜ਼ੋਰ ਰਾਸ਼ਟਰਪਤੀ ਨੇ, ਉਹ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਨੇ। ਅਜਿਹੀ ਸਥਿਤੀ ਵਿੱਚ ਸਾਨੂੰ ਟਰੰਪ ਦੀ ਮਜ਼ਬੂਤ ਅਗਵਾਈ ਅਤੇ ਵਿਸ਼ਵ ਸ਼ਾਂਤੀ ਲਈ ਉਹਨਾਂ ਦੇ ਯਤਨਾਂ ਨੂੰ ਜਨਤਾ ਨੂੰ ਸਮਝਣ ਦੀ ਲੋੜ ਹੈ। ਉਹਨਾਂ ਕਿਹਾ ਕਿ ਟਰੰਪ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨਾ ਮੇਰੇ ਲਈ ਬੜੇ ਸਨਮਾਨ ਵਾਲੀ ਗੱਲ ਹੈ। ਮੈਂ ਉਹਨਾਂ ਨੂੰ ਜਲਦੀ ਹੀ ਇਸ ਸਨਮਾਨ ਨਾਲ ਨਵਾਜ਼ਿਆ ਦੇਖਣਾ ਚਾਹਾਂਗੀ। ਉਹਨਾਂ ਕਿਹਾ ਕਿ ਸਨ 2020 ਵਿੱਚ ਜਦੋਂ ਵਾਈਟ ਹਾਊਸ ਵਿੱਚ ਅਬਰਾਹਿਮ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ, ਉਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ, ਤਤਕਾਲੀ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਬਹਿਰੀਨ ਅਤੇ UAE ਦੇ ਵਿਦੇਸ਼ ਮੰਤਰੀ ਵੀ ਮੌਜੂਦ ਸਨ। ਇਬਰਾਹਿਮ ਸਮਝੌਤਾ ਇੱਕ ਅਜਿਹਾ ਸਮਝੌਤਾ ਸੀ ਜਿਸ ਨੇ ਸਤੰਬਰ 2020 ਵਿੱਚ UAE, ਬਹਿਰੀਨ ਅਤੇ ਇਜ਼ਰਾਈਲ ਵਿਚਕਾਰ ਅਧਿਕਾਰਿਤ ਤੌਰ 'ਤੇ ਸਬੰਧਾਂ ਨੂੰ ਆਮ ਵਰਗਾ ਬਣਾਇਆ। ਸਮਝੌਤੇ ਦੇ ਤਹਿਤ UAE ਅਤੇ ਬਹਿਰੀਨ ਨੇ ਇਜ਼ਰਾਈਲ ਨਾਲ ਰਾਜਨੀਤਿਕ ਸੰਬੰਧ ਸ਼ੁਰੂ ਕੀਤੇ। ਉਸ ਸਮੇਂ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਹੀ ਇਸ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ ਅਤੇ ਉਸ ਸਮੇਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸਦਾ ਟੀਚਾ ਮੱਧ ਪੂਰਬ ਵਿੱਚ ਇਜ਼ਰਾਈਲ ਲਈ ਮਾਨਤਾ ਪ੍ਰਾਪਤ ਕਰਨਾ ਸੀ। ਇਸ ਸਮਝੌਤੇ ਤਹਿਤ ਬਹਿਰੀਨ, ਮੋਰੋਕੋ, ਸੁਡਾਨ ਅਤੇ UAE ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ। ਇਸ ਤੋਂ ਬਾਅਦ ਹੀ ਵਪਾਰ ਅਤੇ ਰੱਖਿਆ ਦੇ ਖੇਤਰ ਵਿੱਚ ਇਜ਼ਰਾਈਲ ਨਾਲ ਉਹਨਾਂ ਦੀ ਭਾਈਵਾਲੀ ਦਾ ਰਾਹ ਖੁੱਲ੍ਹਿਆ ਸੀ। ਅਮਰੀਕਾ ਦੇ ਨਿਊ ਹੈਮਸ਼ਾਇਰ 'ਚ ਜਿੱਤ ਤੋਂ ਬਾਅਦ ਟਰੰਪ ਦਾ ਰਾਹ ਆਸਾਨ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਦੀ ਦੌੜ ਵਿੱਚ ਸ਼ਾਮਲ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਲਈ ਰਾਹ ਪੱਧਰਾ ਹੋ ਗਿਆ ਹੈ। ਦੱਸਿਆ ਹੀ ਹੋ ਗਿਆ ਕਿ ਰਿਪਬਲਿਕਨ ਪਾਰਟੀ ਤੋਂ ਦੌੜ ਵਿੱਚ ਸ਼ਾਮਲ ਕਈ ਲੋਕਾਂ ਦੇ ਬਾਹਰ ਹੋਣ ਤੋਂ ਬਾਅਦ ਟਰੰਪ ਦਾ ਹੁਣ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੈਲੀ ਤੋਂ ਇਲਾਵਾ ਕੋਈ ਵੀ ਵਿਰੋਧੀ ਨਹੀਂ ਹੈ। ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਅਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਡੋਨਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸ ਨਾਲ ਟਰੰਪ ਨੂੰ ਵੀ ਕਾਫੀ ਫਾਇਦਾ ਹੋਇਆ। ਨਿਊ ਹੈਮਸ਼ਾਇਰ ਸੂਬੇ ਦੀ ਪ੍ਰਾਇਮਰੀ ਤੋਂ ਬਾਅਦ ਇਹ ਤੈਅ ਹੈ ਕਿ 2024 ਦੀ ਰਾਸ਼ਟਰਪਤੀ ਚੋਣ ਟਰੰਪ ਬਨਾਮ ਬਾਈਡਨ ਵਿਚਕਾਰ ਹੋਵੇਗੀ। ਯੂਕਰੇਨ ਯੁੱਧ, ਇਜ਼ਰਾਈਲ ਹਮਾਸ ਯੁੱਧ, ਲਾਲ ਸਾਗਰ ਸੰਕਟ ਅਤੇ ਜਾਰਡਨ ਵਿੱਚ ਅਮਰੀਕੀ ਸੈਨਿਕਾਂ ਦੀ ਹਾਲ ਹੀ ਵਿੱਚ ਹੋਈ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਦਾ ਦਬਾਅ ਹੁਣ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੇ ਲਗਾਤਾਰ ਵੱਧਦਾ ਜਾ ਰਿਹਾ ਹੈ। ਬਾਈਡਨ ਨੇ ਹਾਲਾਂਕਿ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ, ਜਦਕਿ ਟਰੰਪ ਰਾਸ਼ਟਰਪਤੀ ਦੀ ਦੌੜ ਵਿੱਚ ਬਾਈਡਨ ਤੋਂ ਅੱਗੇ ਨੇ। ਇੱਕ ਨਵੇਂ ਪੋਲ ਵਿੱਚ ਰਾਸ਼ਟਰਪਤੀ ਚੋਣ ਵਿੱਚ ਟਰੰਪ ਅਤੇ ਬਾਈਡਨ ਵਿਚਕਾਰ ਸਿੱਧੀ ਟੱਕਰ ਦੇ ਨਤੀਜੇ ਸਾਹਮਣੇ ਆਏ ਨੇ, ਜਿਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਬਾਈਡਨ ਤੋਂ 6 ਅੰਕ ਅੱਗੇ ਨੇ। ਅਮਰੀਕਾ ਵਿੱਚ ਕਰਵਾਏ ਗਏ ਇੱਕ ਸਰਵੇਖਣ ਵਿੱਚ 40% ਲੋਕਾਂ ਨੇ ਟਰੰਪ ਨੂੰ ਚੁਣਿਆ, ਜਦਕਿ 34% ਲੋਕਾਂ ਨੇ ਬਾਈਡਨ ਨੂੰ ਚੁਣਿਆ। ਰਿਪਬਲਿਕਨ ਪਾਰਟੀ ਦੇ ਦਾਅਵੇਦਾਰ ਟਰੰਪ ਅਜੇ ਵੀ ਨਿੱਕੀ ਹੈਲੀ ਤੋਂ 11 ਅੰਕਾਂ ਦੇ ਨਾਲ ਅੱਗੇ ਨੇ। ਨਿਊ ਹੈਮਸ਼ਾਇਰ 'ਚ ਰਿਪਬਲਿਕਨ ਪ੍ਰਾਇਮਰੀ 'ਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਨਿੱਕੀ ਹੈਲੀ ਦਾ ਰਾਹ ਹੋਰ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਉੱਥੇ ਉਹ ਟਰੰਪ ਤੋਂ 11 ਅੰਕਾਂ ਦੇ ਨਾਲ ਪਿੱਛੇ ਨੇ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਆਇਓਵਾ ਕੌਕਸ 'ਚ ਵੋਟਿੰਗ ਦੌਰਾਨ ਟਰੰਪ ਨਿੱਕੀ ਹੈਲੀ ਤੋਂ 31 ਅੰਕਾਂ ਨਾਲ ਅੱਗੇ ਸਨ।
ਦੱਖਣੀ ਕੈਰੋਲੀਨਾ ਵਿੱਚ ਰਿਪਬਲਿਕਨ ਜਿੱਥੇ ਨਿੱਕੀ ਗਵਰਨਰ ਸੀ ਟਰੰਪ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਰਿਪਬਲਿਕਨ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਡੋਨਲਡ ਟਰੰਪ ਅਤੇ ਨਿੱਕੀ ਹੈਲੀ ਵਿਚਾਲੇ ਅਗਲਾ ਮੁਕਾਬਲਾ ਦੱਖਣੀ ਕੈਰੋਲੀਨਾ ਵਿੱਚ ਹੋਵੇਗਾ ਜਿੱਥੇ ਪ੍ਰਾਇਮਰੀ 24 ਫਰਵਰੀ ਨੂੰ ਹੋਣੀ ਹੈ। ਨਿੱਕੀ ਹੈਲੀ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨੇ। ਇਹ ਉਸ ਦਾ ਗ੍ਰਹਿ ਰਾਜ ਵੀ ਹੈ, ਪਰ ਵੱਡੀ ਸਮੱਸਿਆ ਇਹ ਹੈ ਕਿ ਆਇਓਵਾ ਵਾਂਗ ਇੱਥੇ ਵੀ ਟਰੰਪ ਸਮਰਥਕਾਂ ਦੀ ਗਿਣਤੀ ਨਿੱਕੀ ਤੋਂ ਵੱਧ ਹੈ। ਰਾਜ ਦੇ ਮੌਜੂਦਾ ਗਵਰਨਰ ਹੈਨਰੀ ਮੈਕਮਾਸਟਰ ਸਮੇਤ ਕਈ ਵੱਡੇ ਰਿਪਬਲਿਕਨ ਨੇਤਾਵਾਂ ਨੇ ਜਿੱਥੇ ਹੈਲੀ ਪਹਿਲੀ ਗਵਰਨਰ ਸੀ ਨੇ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਸੈਨੇਟਰ ਲਿੰਡਸੇ ਗ੍ਰਾਹਮ, ਟਿਮ ਸਕਾਟ, ਨੈਂਸੀ ਮੈਕ ਵਰਗੇ ਵੱਡੇ ਨੇਤਾਵਾਂ ਨੇ ਵੀ ਰਿਪਬਲਿਕਨ ਵੋਟਰਾਂ ਨੂੰ ਟਰੰਪ ਦਾ ਸਮਰਥਨ ਕਰਨ ਦੀ ਅਪੀਲ ਕਰ ਦਿੱਤੀ ਹੈ। ਹਰ ਇਨਸਾਨ ਨੂੰ ਜਿਉਂਦੇ ਰਹਿਣ ਲਈ ਭੋਜਨ, ਕੱਪੜਾ ਅਤੇ ਮਕਾਨ ਦੀ ਲੋੜ ਹੁੰਦੀ ਹੈ। ਜਿਸ ਕੋਲ ਇਹ ਤਿੰਨ ਚੀਜ਼ਾਂ ਨਹੀਂ ਹੁੰਦੀਆਂ ਉਸਦੀ ਜ਼ਿੰਦਗੀ ਨਰਕ ਵਰਗੀ ਹੋ ਜਾਂਦੀ ਹੈ। ਬੇਘਰ ਲੋਕ ਸਿਰਫ ਭਾਰਤ 'ਚ ਹੀ ਨਹੀਂ ਨੇ, ਅਮਰੀਕਾ ਵਰਗੇ ਦੇਸ਼ 'ਚ ਵੀ ਅਜਿਹੇ ਲੋਕਾਂ ਦੀ ਗਿਣਤੀ ਲਗਭਗ 7 ਲੱਖ ਹੈ ਅਤੇ ਇਹ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਘਰਾਂ ਦੇ ਵੱਧ ਰਹੇ ਕਿਰਾਏ ਨੇ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਅਤੇ ਉਹਨਾਂ ਨੂੰ ਹੋਮ ਸ਼ੈਲਟਰਾਂ, ਫਲਾਈਓਵਰਸ ਦੇ ਹੇਠਾਂ ਅਤੇ ਸੜਕਾਂ 'ਤੇ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਤੋਂ ਵੱਧ ਬੇਘਰ ਲੋਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਅਤੇ ਕੈਲੀਫੋਰਨੀਆ 'ਚ ਪਾਏ ਜਾਂਦੇ ਨੇ। ਬਹੁਤ ਸਾਰੇ ਬੇਘਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਚਲੇ ਜਾਂਦੇ ਨੇ ਜਦੋਂ ਤੱਕ ਉਹ ਆਪਣਾ ਘਰ ਨਹੀਂ ਲੈ ਲੈਂਦੇ। ਕਈ ਲੋਕ ਨਸ਼ੇ ਕਾਰਨ ਜਾਂ ਮਾਨਸਿਕ ਸੰਤੁਲਨ ਗੁਆ ਦੇਣ 'ਤੇ ਵੀ ਬੇਘਰ ਹੋ ਜਾਂਦੇ ਨੇ ਅਤੇ TB, HIV ਅਤੇ ਇਨਫੈਕਸ਼ਨ ਰੋਗਾਂ ਦੇ ਵੀ ਸ਼ਿਕਾਰ ਹੋ ਜਾਂਦੇ ਨੇ। ਇਹਨਾਂ ਲੋਕਾਂ ਦਾ ਇਲਾਜ ਨਾ ਹੋਣ ਕਾਰਨ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਅੱਜ ਕੱਲ੍ਹ ਸਰਦੀ ਦੇ ਮੌਸਮ ਵਿੱਚ ਬੇਘਰੇ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਦੇ ਰਹਿਣ ਲਈ ਸ਼ੈਲਟਰ ਹੋਮ 'ਚ ਪ੍ਰਬੰਧ ਵੀ ਕਰਦੀਆਂ ਨੇ ਅਤੇ ਉਹਨਾਂ ਲਈ ਖਾਣ ਪੀਣ ਦਾ ਵੀ ਪ੍ਰਬੰਧ ਕਰਦੀਆਂ ਨੇ ਅਤੇ ਉਹਨਾਂ ਨੂੰ ਪਹਿਨਣ ਲਈ ਗਰਮ ਕੱਪੜਿਆਂ ਦੀ ਲੋੜ ਵੀ ਪੂਰੀ ਕਰਦੀਆਂ ਨੇ। ਕਈ ਲੋਕਾਂ ਨੂੰ ਰੋਜ਼ਗਾਰ ਅਤੇ ਬਿਮਾਰ ਲੋਕਾਂ ਲਈ ਡਾਕਟਰ ਅਤੇ ਦਵਾਈਆਂ ਦੀ ਸਹੂਲਤ ਵੀ ਮੁਹੱਈਆ ਕਰਵਾਉਂਦੀਆਂ ਨੇ। US ਹਾਊਸਿੰਗ ਡਿਵੈਲਪਮੈਂਟ ਵਿਭਾਗ ਨੇ ਅਮਰੀਕਾ 'ਚ ਬੇਘਰ ਲੋਕਾਂ ਲਈ 11,000 ਸ਼ੈਲਟਰ ਹੋਮ ਬਣਾਏ ਨੇ। ਫਿਰ ਵੀ ਬਹੁਤ ਸਾਰੇ ਲੋਕ ਸ਼ੈਲਟਰਾਂ ਦੇ ਬਾਹਰ ਸੜਕਾਂ 'ਤੇ ਅਤੇ ਗੱਡੀਆਂ 'ਚ ਸੌਣ ਲਈ ਮਜਬੂਰ ਨੇ। ਵਿਭਾਗ ਦੇ ਬੁਲਾਰੇ ਅਨੁਸਾਰ ਬੇਘਰੇ ਲੋਕਾਂ ਦੀਆਂ ਰਿਹਾਇਸ਼ੀ ਲੋੜਾਂ ਪੂਰੀਆਂ ਕਰਨ ਲਈ $2,000 ਕਰੋੜ ਦੀ ਲੋੜ ਹੈ। ਵਿਭਾਗ ਵੱਲੋਂ ਲੋੜਵੰਦ ਬੇਘਰੇ ਲੋਕਾਂ ਨੂੰ ਸੈਕਸ਼ਨ 8 ਦੇ ਵਾਊਚਰ ਰਾਹੀਂ ਉਹਨਾਂ ਦੇ ਕਿਰਾਏ ਦੀ ਰਕਮ ਵੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਭੋਜਨ ਪੈਂਟਰੀ ਰਾਹੀਂ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਨਾਲੋਂ ਬੇਘਰੇ ਲੋਕਾਂ ਦੀ ਗਿਣਤੀ 12% ਵਧੀ ਹੈ। ਜ਼ਿਆਦਾਤਰ ਲੋਕ ਕੰਮ ਨਾ ਹੋਣ ਕਾਰਨ ਬੇਘਰ ਹੋ ਜਾਂਦੇ ਨੇ ਅਤੇ ਜੇਕਰ ਉਹ ਕਿਤੇ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਸ ਲਈ ID ਅਤੇ ਪਤੇ ਦੀ ਲੋੜ ਹੁੰਦੀ ਹੈ ਜੋ ਕਿ ਉਹਨਾਂ ਕੋਲ ਨਹੀਂ ਹੁੰਦਾ। ਜ਼ਿਆਦਾਤਰ ਬਜ਼ੁਰਗ ਨਾਗਰਿਕ ਬੇਘਰ ਪਾਏ ਜਾਂਦੇ ਨੇ ਅਤੇ ਉਹ ਕਈ ਵਾਰ ਅਪਰਾਧੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਮਕਾਨ ਉਸਾਰੀ ਅਤੇ ਵਿਕਾਸ ਵਿਭਾਗ ਬੇਘਰੇ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ ਤੇ ਸਰਕਾਰ ਨੂੰ ਸੁਚੇਤ ਕਰਦਾ ਰਹਿੰਦਾ ਹੈ ਅਤੇ ਮਕਾਨਾਂ ਦਾ ਬਜਟ ਵਧਾਉਣ ਅਤੇ ਬੇਘਰੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਝਾਅ ਦਿੰਦਾ ਰਹਿੰਦਾ ਹੈ। ਅਮਰੀਕਾ ਦੇ ਇਡਾਹੋ ਸੂਬੇ ਦੇ ਬੋਇਸ ਵਿੱਚ ਹਵਾਈ ਅੱਡੇ ਦੇ ਮੈਦਾਨ ਵਿੱਚ ਇੱਕ ਨਿਰਮਾਣ ਅਧੀਨ ਸਟੀਲ ਦਾ ਢਾਂਚਾ ਢਹਿ ਢੇਰੀ ਹੋ ਗਿਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਬੁੱਧਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਢਾਂਚਾ ਢਹਿਣ ਵਿੱਚ ਜ਼ਖਮੀ ਹੋਏ ਲੋਕਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੋਇਸ ਫਾਇਰ ਡਿਪਾਰਟਮੈਂਟ ਚੀਫ ਆਫ ਆਪਰੇਸ਼ਨਸ ਐਰੋਨ ਹੈਮਲ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਸ਼ਾਮ ਨੂੰ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਬੋਇਸ ਹਵਾਈ ਅੱਡੇ 'ਤੇ ਸਥਾਪਿਤ ਕੀਤਾ ਜਾ ਰਿਹਾ ਇੱਕ ਸਟੀਲ ਦਾ ਫਰੇਮ ਢਾਂਚਾ ਢਹਿ ਗਿਆ। ਹੈਮਲ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਹਾਦਸਾ ਸੀ। ਢਾਂਚਾ ਢਹਿਣ ਤੋਂ ਬਾਅਦ ਹਫੜਾ ਦਫੜੀ ਮੱਚ ਗਈ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਕਿਸ ਕਾਰਨ ਹੋਇਆ, ਪਰ ਮੈਂ ਤੁਹਾਨੂੰ ਦੱਸ ਸਕਦਾ ਕਿ ਇਹ ਇੱਕ ਵੱਡਾ ਹਾਦਸਾ ਸੀ। ਹੈਮਲ ਨੇ ਕਿਹਾ ਕਿ ਜਦੋਂ ਢਾਂਚਾ ਡਿੱਗਿਆ ਤਾਂ ਕੁਝ ਪੀੜਿਤ ਇੱਕ ਉੱਚੀ ਇਮਾਰਤ ਜਾਂ ਹੋਰ ਉੱਚੇ ਪਲੈਟਫਾਰਮ 'ਤੇ ਸਨ। ਕੁਝ ਵਿਸ਼ੇਸ਼ ਬਚਾਅ ਯਤਨਾਂ ਦੀ ਲੋੜ ਸੀ। ਉਹਨਾਂ ਪੁਸ਼ਟੀ ਕੀਤੀ ਘਟਨਾ ਵਿੱਚ ਇੱਕ ਕਰੇਨ ਵੀ ਡਿੱਗ ਗਈ ਹੈ। ਬੋਇਸ ਵਿੱਚ ਸੈਂਟ ਐਲਫੋਂਸਿਸ ਰੀਜਨਲ ਮੈਡੀਕਲ ਸੈਂਟਰ ਦੀ ਬੁਲਾਰਨ ਲੈਟੀਸੀਆ ਰਮੀਰੇਜ ਨੇ ਕਿਹਾ ਕਿ ਐਮਰਜੈਂਸੀ ਅਤੇ ਟਰੋਮਾ ਟੀਮਾਂ ਘਟਨਾ ਸਥਾਨ ਤੋਂ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਜੁਟੀਆਂ ਹੋਈਆਂ ਨੇ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਇਮਾਰਤ ਕਿਸ ਕਾਰਨ ਡਿੱਗੀ ਹੈ। ਇਹ ਘਟਨਾ ਜੈਕਸਨ ਜੈੱਟ ਸੈਂਟਰ ਨੇੜੇ ਵਾਪਰੀ ਜੋ ਨਿੱਜੀ ਜਹਾਜ਼ਾਂ ਦੀ ਸੇਵਾ ਅਤੇ ਰੱਖ ਰਖਾਅ ਕਰਦਾ ਹੈ। ਬੋਇਸ ਸ਼ਹਿਰ ਦੇ ਇਜਾਜ਼ਤ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਬਿਗ ਡੀ ਬਿਲਡਰਸ ਨੇ ਜੈਕਸਨ ਜੈੱਟ ਸੈਂਟਰ ਲਈ 39,000 ਵਰਗ ਫੁੱਟ ਵਿੱਚ ਜੈੱਟ ਹੈਂਗਰ ਬਣਾਉਣ ਦਾ ਠੇਕਾ ਹਾਸਲ ਕੀਤਾ ਸੀ। 62 ਲੱਖ ਦੀ ਲਾਗਤ ਵਾਲੀ ਯੋਜਨਾ ਵਿੱਚ ਠੋਸ ਨੀਂਹ ਅਤੇ ਧਾਤੂ ਦੇ ਭਵਨ ਦਾ ਨਿਰਮਾਣ ਸ਼ਾਮਲ ਸੀ। ਬਿਗ ਡੀ ਬਿਲਡਰਸ ਨਾਲ ਫੋਨ ਅਤੇ ਈਮੇਲ ਰਾਹੀਂ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।
जैक्सन जेट सेंटर दी सीईओ जैसिका फ्लिन ने एक ईमेल बयान विच कहा कि इस भयानक घटना नाल प्रभावित सारे लोगों के प्रति उन्हां दी हमदर्दी है। फ्लिन ने कहा कि यह हादसा मौजूदा जैक्सन जेट सेंटर के बिल्कुल पछमी विच वापरिया है, जिथे कंपनी के निर्माण अधीन हैंगर विच दर्जना लोग काम कर रहे सन। अमरीका विच एक भारतीय नागरिक नूं 28 लाख डॉलर की सेहत संभाल धोखाधड़ी के मामले में 9 साल की जेल की सज़ा सुनाई गई है। न्याय विभाग ने यह जानकारी दी है। अदालती दस्तावेजा मुताबक घरेलू सेहत कंपनी श्रिंग होम केयर इंक दे मालक अते संचालक मिशीगन निवासी 43 साल योगेश के पंचोली तो दवाइया वेचण दा अधिकार खो लिया गया सी। बावजूद इस दे पंचोली ने कंपनी की अपनी मलकियत नूं लुकाउण लई दूजिया दे नाम हस्ताक्षर अते निजी पछाण संबंधी जानकारी की वरतों करके श्रिंग नूं खरीदिया। संघी वकीलों ने कहा कि 2 महीने की म्याद में पंचोली और साजिश में शामिल उसके सहयोगियों ने बिल बनाया, उन्होंने मेडिकेयर वालों उन सेवावां लई लगभग 28 लाख अमरीकी डॉलर का भुगतान किया गया, जो सेवावां कदे प्रदान ही नहीं की गई सी। सरकारी वकीलों ने दोष लाया कि पंचोली ने यह पैसा फर्जी कंपनियों के बैंक खातों राही आखिरकार भारत में अपने खातों में तब्दील किया। मैक्सीको के उत्तर पछमी सिनालोया विच एक वड्डा हादसा वापरिया। इत्थे एक ट्रक अते सवारियां नाल भरी बस विचाले भयानक टक्कर हो गई, जिस विच 19 लोगों की मौत हो गई अते 18 जख्मी हो गए। यह हादसा मंगलवार को वापरिया। स्थानक मीडिया रिपोर्टा के अनुसार यह हादसा तटवर्ती हाईवे ते वापरिया है, जो मजाटलान अते लॉस मोचिस के बीच सामने वाले शहरों नू जोड़दा है। बस विच 30 तो वध यात्री सवार सन, जो कि एक ट्रक नाल टकरा गई। राज दे सिविल डिफेंस दफ्तर दे निर्देशक राय नवारेते ने कहा कि यह हादसा बंदरगाह शहर मजात कलौन दे नेड़े इलोटा टाउनशिप विच होया। उन्हें दस्या कि बस विच 37 लोग सवार सन। जानकारी मुताबक हादसे तो बाद हाईवे ते आवाजाही ठप हो गई। सामने आईया तस्वीरां च हादसे की गंभीरता देखी जा सकती है। गड्डियां चारों पासियों अग की लपेट विच आ गई सन अते इन्हां विचों धुआं निकल रहा सी। एमरजेंसी जवाब देने वाले मौके पर पहुंच रहे सन। घटना की गंभीरता को देखते हुए सुरक्षा कारण करके हाईवे नू बंद करना पड़ा। इजराइल अते हमास की जंग विच हुण अमरीका अते इजराइल आमो सामने नज़र आ रहे हैं। मंगलवार रात नू 2 बयान सामने आए। इजराइल के प्रधानमंत्री बेंजामिन नेतन्याहू ने कहा, साड़ी फौज गाजा नहीं छड़ेगी अते हमास के हज़ारा अतवादियों जंग बंदी लई छड़िया नहीं जाएगा। दूजे पासे अमरीकी विदेश मंत्री एंटनी ब्लिंकन ने कहा, पैरिस विच चंगी गलबात हुई, हुण जल्दी ही जंग बंदी की उम्मीद की जा सकती है। हालांकि हमास ने ब्लिंकन के बयान नू रद्द कर दिता है। नेतन्याहू ने प्री मिलिट्री अकैडमी विच विद्यार्थियों नू कहा, तुसी हर रोज़ ये रिपोर्टा देख रहे होवोगे कि एक बंधक सौदा होण वाला है, एक जंग बंदी होण वाली है। जदों जंग हुंदी है तां अजिहियां गल्लां भी हुंदियां ने। मैं इत्थे स्पष्ट होना चाहना, दुनिया नू एक गल समझ लैनी चाहीदी है कि इजराइल हमास के हज़ारा अतवादियों नू किसी भी हालत विच रिहा नहीं करेगा। इजराइल के प्रधानमंत्री ने अगे कहा, साड़ी फौज ना तो गाजा छड़ेगी अते ना ही हुण किसे नू रिहा किया जाएगा। इस विचों कुछ भी होने वाला नहीं है। जेकर असी हुण इस जंग नू रोकना चाहते हाँ तो एक ही रस्ता है, इजराइल नू पूरी जित की लोड़ है। हमास के अतवादियों नू खत्म किया जाएगा। दूजे पासे अमरीकी विदेश मंत्री ब्लिंकन जंग बंदी अते बंधक सौदे की उम्मीद जाहर कर रहे हैं। वाशिंगटन में उन्हें कहा, पैरिस में चंगी गलबात हुई, इस विच साडे CIA डायरेक्टर कतर मिसर अते इजराइल के अधिकारी शामिल सन। असी उम्मीद करते हैं कि चीज़ा जल्दी ठीक हो जाएगियां। हुण हमास ने फैसला करना है कि वह की चाहता है। असी उस नू वधिया प्रस्ताव दिता है। ब्लिंकन ने कहा, मैं खुद कतर अते होर देशों नाल लंबी गलबात की है, उम्मीद है कि बहुत सारिया चीज़ा स्पष्ट हो गई ने। जेकर हमास शांति चाहता है तो उसनू भी सही कदम चुकने पैणगे। हालांकि ब्लिंकन दे इस बयान तो कुछ देर बाद ही हमास का भी बयान आया। उन्हें कहा, साड़ी पहली शर्त यह है कि पूरी तरह जंगबंदी होनी चाहिए है, अस्थाई जंगबंदी का कोई मतलब नहीं है। इस तो अलावा होर गल्लां भी समा आने दसियां जाणगियां। अमरीका के लड़ाकू जहाज़ा ने यमन अते ईरानी ड्रोन नाल हूती वालों लॉन्च की गई एंटी शिप मिजाइल नू सुट दिता है। पेंटागन की सेंट्रल कमांड ने यह जानकारी दी है। सेंट्रल कमांड ने कहा, ईरान समर्थित हूती अतवादियों ने 31 जनवरी को स्थानक समय अनुसार लगभग 8:30 बजे यमन के हूती नियंत्रित खेतरों तो अदन की खाड़ी वाल एक एंटी शिप बैलिस्टिक मिजाइल दागी, जिसनों अमरीकी जंगी जहाज़ा ने सफलतापूर्वक डेग दिता। तो सन हूँ तक दबर मैं रचना सेवक को दे दौ इजाजत, तुम वेखते रहो TV पंजाब।